ਕਿੱਥੇ ਰਹਿੰਦੇ ਹੋ ਸਰ ਮੇਤਾ ਰੋਡ ਅੰਮ੍ਰਿਤਸਰ ਫਤਿਹਪੁਰ ਫਤਿਹਪੁਰ ਰਾਜ ਕਿਉਂ ਹੋਇਆ ਵਾ ਸਰ ਇਹਨਾਂ ਨੇ ਚਾਰ ਪੰਜ ਵਾਰੀ ਪਹਿਲਾਂ ਹੀ ਮੈਨੂੰ ਘੇਰਿਆ ਵਾ ਅਤੇ ਇਹ ਆ ਕੱਲ੍ਹ ਘਰ ਪਏ ਆ ਕਿੱਥੋਂ ਦੇ ਰਹਿਣ ਵਾਲੇ ਨੇ ਸਰ ਪਿੰਡ ਦੇ ਹੀ ਆ ਚਾਰ ਇਹ ਹੈਗੇ 20-25 ਜਾਣੇ ਮੁੰਡੇ ਸੀ ਪਿੰਡ ਦੇ ਸਰ ਵੀਰਪ੍ਰੀਤ ਲੱਕੀ ਅਤੇ ਸਰ ਕਾਸ਼ ਅਤੇ ਕਰਨ ਅਰਨ ਅਤੇ ਸਰ ਸ਼ਾਲੂ ਅਤੇ ਸਰ ਬਿੱਲਾ ਸਰ ਇਹਨਾਂ ਦੀ ਪਹਿਲਾਂ ਵੀ ਹੋਈ ਕਿ ਮੁੰਡੇ ਨਾਲ ਗੱਲ ਅਤੇ ਉਹਦੇ ਨਾਲ ਮੈਂ ਰਹਿੰਦਾ ਬਹਿਣਾ ਖਲੋਣਾ ਹੜਤਾਤ ਕਰਕੇ ਮੇਰੇ ਵੀ ਗਲੇ ਪੈਂਦੇ ਰਹੇ ਆ ਅੱਛਾ ਮੌਕੇ 'ਤੇ ਕੋਈ ਸਹੀ ਸੀ ਸਰ ਬਾਅਦ 'ਚੋਂ ਆਈ ਜਦੋਂ ਅਸੀਂ ਇੱਥੇ ਆ ਗਏ ਹਾਂ ਹੋਸਪਿਟਲ ਸਰ ਗਏ ਘਰਦੇ ਸਾਡੇ ਗਏ ਸੀ ਸਰ ਹੁਣ ਚਾਹੀਦਾ ਸਰ ਪੁਲਿਸ ਤੋਂ ਮੰਗ ਇਹੋ ਹੀ ਆ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਸਰ ਸੱਤ ਬੰਦਿਆਂ ਦੇ ਸਰ ਪਾਪਾ ਮੇਰੇ ਮੈਂ ਅਤੇ ਭੂਆ ਦਾਦੀ ਭੈਣ ਮੇਰੀ ਅਤੇ ਮੰਮੀ ਮੇਰੀ ਅਤੇ ਦਾਦਾ ਬਲਵੀਰ ਸਿੰਘ ਜੀ ਮਹਿਤਾ ਰੋਡ ਅਤੇ ਫਤਿਹਪੁਰ ਰਾਜਪੂਤਾਂ ਪਿੰਡ ਨੰਗਲ ਵਾਲਾ ਮੋੜ ਅਤੇ ਅਸੀਂ ਰਹਿੰਦੇ ਹਾਂ ਪੈਲੀਆਂ ਦੇ ਲਾਗੇ ਅਤੇ ਪੈਲੀਆਂ ਵਿੱਚ ਆਉਂਦੀ ਆ ਕੇ 10-12 ਬੰਦੇ ਅਤੇ ਸਾਡੇ ਸਾਰੇ ਪਰਿਵਾਰ ਨੂੰ ਸੱਟਾਂ ਲਾ ਗਏ ਇਸ ਤੋਂ ਪਹਿਲਾਂ ਦੀ ਆ ਮੁੰਡੇ ਮੁੰਡਿਆਂ ਦਾ ਝਗੜਾ ਸੀ ਅਤੇ ਸਾਡੇ ਘਰ ਹੀ ਆ ਪਏ ਅਤੇ ਕੋਈ ਪੁਲਿਸ ਕਾਰਵਾਈ ਕੀਤੀ ਗਈ ਨਾ ਪੁਲਿਸ ਨੇ ਨਹੀਂ ਕੋਈ ਕਾਰਵਾਈ ਕੀਤੀ ਤੁਸੀਂ ਪੁਲਿਸ ਰਿਪੋਰਟ ਕੀਤੀ ਗਈ ਹਾਂਜੀ ਕੀਤੀ ਪੁਲਿਸ ਵੱਲੋਂ ਕੀ ਕਿਹਾ ਗਿਆ ਕੋਈ ਨਹੀਂ ਕਿਹਾ ਗਿਆ ਪੁਲਿਸ ਵੱਲੋਂ ਕੋਈ ਜਵਾਬ ਹੀ ਨਹੀਂ ਨਾ ਕੋਈ ਆਇਆ ਹੀ ਆ ਪੁਲਿਸ ਤੁਹਾਡੇ ਨਾਲ ਇੱਥੇ ਆਈ ਸੀ ਨਾ ਇੱਥੇ ਨਹੀਂ ਆਈ ਸਰ ਮੇਰਾ ਨਾਮ ਸੰਦੀਪ ਸਿੰਘ ਆ ਸਾਡਾ ਪਿੰਡ ਫਤਿਹਪੁਰ ਰਾਜਪੂਤਾਂ ਮਹਿਤੇ ਰੋਡ ਅੰਮ੍ਰਿਤਸਰ 'ਤੇ ਆ ਮੇਰੇ ਭਤੀਜੇ ਦੇ ਗਲ ਪਏ ਆ ਘਰ ਆ ਕੇ ਮੇਰੇ ਪਾਪੇ ਦੇ ਗਲ ਪਏ ਸਰ ਉਹ ਮੁੰਡੇ ਦੇ ਡੈਡੀ ਦਾ ਨਾਂ ਸਰਵਣ ਸਿੰਘ ਆ ਮੁੰਡੇ ਦਾ ਨਾਂ ਵੀਰੂ ਆ ਅਤੇ ਇਹਦੇ ਨਾਲ ਖੈਬਾਜ਼ੀ ਇਸ ਕਰਕੇ ਕਿ ਉਹਨਾਂ ਦਾ ਪਹਿਲਾਂ ਕਿਸੇ ਨਾਲ ਝਗੜਾ ਚੱਲਣ ਡਿਆ ਸੀ ਅਤੇ ਇਹ ਮੁੰਡਾ ਉਹ ਮੁੰਡੇ ਨਾਲ ਬਹਿੰਦਾ ਖਲੋਂਦਾ ਸੀ ਇਸ ਕਰਕੇ ਇਹਦੇ ਨਾਲ ਵੀ ਖੋਰ ਹੋਣ ਲੱਗ ਪਈ ਅਤੇ ਇਹਨੂੰ 3-4 ਵਾਰੀ ਪਹਿਲਾਂ ਉਹਨਾਂ ਘੇਰਿਆ ਬਾਜ਼ਾਰ 'ਚ ਬਾਅਦ 'ਚ ਘੇਰਨ ਤੋਂ ਬਾਅਦ ਇਹ ਰੋਂਦਾ ਰੋਂਦਾ ਘਰ ਗਿਆ ਇਹਨੇ ਆਪਣੇ ਪਾਪਾ ਨੂੰ ਦੱਸਿਆ ਵੀ ਮੈਨੂੰ ਇਸ ਤਰ੍ਹਾਂ ਰੋਜ਼ ਦੂਜੇ ਤੀਜੇ ਦਿਨ ਘੇਰ ਲੈਂਦੇ ਆ ਪਾਪਾ ਇਹਨਾਂ ਦੇ ਉਹਦੇ ਘਰ ਸਮਝਾਉਣ ਗਿਆ ਵੀ ਮੁੰਡੇ ਨੂੰ ਕਿਉਂ ਘੇਰਦੇ ਮੈਨੂੰ ਦੱਸੋ ਮੈਂ ਉਹਨੂੰ ਡਾਕਲਾ ਵੀ ਉਹਨਾਂ ਨਾਲ ਨਾ ਫਿਰੂਗਾ ਅਤੇ ਉਹਨਾਂ ਇੱਟ ਰੋੜਾ ਚਲਾ ਗਏ ਅਤੇ ਪਹਿਲਾਂ 3-4 ਦਿਨ ਪਹਿਲਾਂ ਇਹਦੇ ਡੈਡੀ ਇਕੱਲੇ ਦਾ ਸਿਰ ਪਾਲਿਆ ਅਤੇ ਮੁੜ ਕੇ ਇਹ ਮੁੰਡਾ ਆਉਂਦਾ ਮੇਰੇ ਡੈਡੀ ਦਾ ਸਿਰ ਪਾਲਿਆ ਤੁਸੀਂ ਕਿਉਂ ਪਾਲਿਆ ਵਾ ਜਦੋਂ ਮੈਨੂੰ ਘੇਰਦੇ ਜੇ ਮੈਨੂੰ ਧਮਕੀਆਂ ਦਿੰਦੇ ਜੇ ਬਾਅਦ 'ਚ ਇਹਦੇ ਇਹਦੀ ਇਹ ਗੱਲ ਸੁਣ ਕੇ ਅਤੇ ਉਹਨਾਂ ਤੀਜੇ ਦਿਨ ਬਾਅਦ ਘੱਟੋ ਘੱਟ 12-15-17 ਜਾਣਿਆਂ ਨੇ ਇਹਨਾਂ ਦੇ ਘਰ ਆ ਕੇ ਹਮਲਾ ਕੀਤਾ 3 ਤਰੀਕ ਨੂੰ ਜੀ 3 ਤਰੀਕ ਨੂੰ ਇਹਦੇ ਪਾਪਾ ਦੇ ਇੰਨੇ ਸੀਰੀਅਸ ਆ ਨਾ ਹੋਸ਼ ਨਹੀਂ ਕਰਨ ਡੇ ਅਜੇ ਤੱਕ ਅਤੇ ਆਹ ਇਹਦੇ ਦਾਦਾ ਮੁੰਡੇ ਦੇ ਆਹ ਭੂਆ ਮੇਰੀ ਭੈਣ ਅਤੇ ਉਹ ਭਤੀਜਾ ਵਾ ਮੰਮੀ ਮੇਰੀ ਦੇ ਵੀ ਬਾਹਾਂ ਬੂਹਾਂ ਅਤੇ ਹੱਡੀਆਂ ਫ੍ਰੈਕਚਰ ਹੋਈਆਂ ਵਾ ਇਹਦੀ ਮੰਮੀ ਦੀ ਵੀ ਚੂਲੇ 'ਤੇ ਸੱਟਾਂ ਲੱਗੀਆਂ ਵਾ ਅਤੇ ਇਹਦੀ ਭੈਣ ਦੇ ਵੀ ਸਿਰ 'ਚ ਇੱਟ ਮਾਰੀ ਆ ਪੁਲਿਸ ਨੇ ਇਹ ਤਾਂ ਕੋਈ ਕਾਰਵਾਈ ਕੀਤੀ ਹੈ ਸਰ ਪੁਲਿਸ ਨੂੰ ਕੰਪਲੇਂਟ 'ਤੇ ਕੀਤੀ ਆ ਜੇ ਕਾਰਵਾਈ ਇੱਥੇ ਕੋਈ ਮੌਕੇ 'ਤੇ ਪੁਲਿਸ ਅਫਸਰ ਕੋਈ ਜਾਂਚ ਕੋਈ ਮੌਕੇ 'ਤੇ ਹੋਸਪਿਟਲ ਵਾਲੀ ਪੁਲਿਸ ਆਈ ਉੱਥੋਂ ਦੀ ਕੋਈ ਪੁਲਿਸ ਕੋਈ ਉੱਥੋਂ ਦੀ ਅਜੇ ਤੱਕ ਨਹੀਂ ਸਰ ਆਈ ਹੁਣ ਕੀ ਮੰਗ ਕੀ ਕਰਦੇ ਭਾਅ ਜੀ ਤੁਸੀਂ ਮੰਗ ਸਾਰੇ ਇਨਸਾਫ ਚਾਹੀਦਾ ਵਾ ਇਸ ਤਰ੍ਹਾਂ ਦੇ ਗੁੰਡਾਗਰਦੀ ਜਿਹੜੀ ਇਹ ਕਰਨ ਡੇ ਘਰ ਆ ਕੇ ਗਲੇ ਪੈਣ ਬੰਦਿਆਂ ਨੇ ਤੁਹਾਡੇ ਹਮਲਾ ਕੀਤਾ ਕੋਈ ਪੋਲੀਟੀਸ਼ੀਅਨ ਨਾਲ ਸੰਬੰਧ ਸਬੰਧ ਰੱਖਦੇ ਆ ਕੀ ਜਦੋਂ ਪੁਲਿਸ ਕਾਰਵਾਈ ਸਰ ਪੋਲੀਟੀਸ਼ੀਅਨ ਨਾਲ ਹੀ ਸੰਬੰਧ ਰੱਖਦੇ ਉਹ ਗੈਂਗਸਟਰਾਂ ਨਾਲ ਸੰਬੰਧ ਰੱਖਦੇ ਆ ਅੱਛਾ ਜੀ ਤਾਂ ਕਰਕੇ ਜੇ ਕੱਲ ਸਰ ਅਸੀਂ ਧਰਨਾ ਧੁਰਨਾ ਲਾਵਾਂਗੇ ਸਰਕਾਰ ਅੱਗੇ ਬੇਨਤੀ ਅਰਜ ਕਰਾਂਗੇ ਹੋਰ ਕੀ ਕਰ ਸਕਦੇ ਸਰ ਇਹਦੇ ਵਿੱਚ ਜੀ ਕੱਲ੍ਹ ਸ਼ਾਮ ਨੂੰ ਇੱਥੇ ਆਪਣਾ ਮੁੰਡਾ ਇੱਕ ਜਿਹੜੀ ਦੁਕਾਨ ਹੈ ਜੀ ਪੈਂਚਰਾਂ ਦੀ ਹਵਾ ਭਰਨ ਦੀ ਉੱਥੋਂ ਇਹ ਲੜਾਈ ਸ਼ੁਰੂ ਹੋਈ ਆ ਪਿਓ ਪੁੱਤ ਆਏ ਸੀ ਅਤੇ ਹਵਾ ਭਰਾਉਣ ਅਤੇ ਉੱਥੋਂ ਉਹਨਾਂ ਦੀ ਬਹਿਸ ਫਸਾਈਆ ਹੋ ਗਈ ਉਸ ਤੋਂ ਲੜਾਈ ਇਹ ਵਧਦੀ ਗਈ ਅਤੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਹਮਲਾ ਕੀਤਾ ਗਿਆ ਅਤੇ ਦੋਵਾਂ ਧਿਰਾਂ ਸੱਟਾਂ ਲੱਗੀਆਂ ਅਤੇ ਜਿਹੜੇ ਸੀ ਆਈ ਡੀ ਇੰਸਪੈਕਟਰ ਉਹਨਾਂ ਦੇ ਬ੍ਰਦਰ ਸੀ ਜਿਹੜੇ ਪਹਿਲਾਂ ਹਵਾ ਭਰਾਉਣ ਆਏ ਅਤੇ ਨਾਲ ਉਹਨਾਂ ਦਾ ਬੇਟਾ ਆਏ ਅਤੇ ਜਦੋਂ ਉਹਨਾਂ ਦੇ ਪਹਿਲਾਂ ਭਰਾ ਅਤੇ ਉਹਦਾ ਭਤੀਜਾ ਲੜੇ ਨੇ ਉਸ ਤੋਂ ਬਾਅਦ ਇਹ ਪਰਿਵਾਰ ਸਾਰਾ ਇਕੱਠਾ ਹੋ ਗਿਆ ਆਏ ਨੇ ਅਤੇ ਫਿਰ ਉਹ ਉਸ ਤੋਂ ਬਾਅਦ ਫਿਰ ਪਰਿਵਾਰ ਇਹਨਾਂ ਦਾ ਅਤੇ ਦੂਜੀ ਧਿਰ ਆਪਸ ਵਿੱਚ ਲੜੇ ਨੇ ਇਹ 'ਚ ਸਿੱਧਾ ਮੁਲਾਜ਼ਮ ਦਾ ਕੋਈ ਨਹੀਂ ਹੈਗਾ ਪਰ ਦੋ ਧਿਰ ਲੜੀਆਂ ਨੇ ਅਤੇ ਅਸੀਂ ਬੰਦ ਹੀ ਕਾਰਵਾਈ ਕਰ ਰਹੇ ਹਾਂ ਦੋਵੇਂ ਧਿਰ ਐਡਮਿਟ ਨੇ ਅਤੇ ਜਿਹਨੂੰ ਸਾਡੇ ਕੋਲ ਧਿਰ ਆਉਂਦੀ ਹੈ ਮੈਡੀਕਲ ਲੈ ਕੇ ਅਤੇ ਅਸੀਂ ਦੋਵਾਂ ਦੇ ਜੋ ਬੰਦ ਹੀ ਕਾਰਵਾਈ ਕਰਾਂਗੇ ਜੀ ਜੀ ਹਾਂਜੀ ਮੌਕੇ 'ਤੇ ਸਾਨੂੰ ਫੋਨ ਆਇਆ ਸੀ ਵੀ ਹਸਪਤਾਲ ਦੇ ਵਿੱਚ ਵੀ ਥੋੜ੍ਹੇ ਬੰਦੇ ਇਕੱਠੇ ਹੋਏ ਨੇ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਡਿਊਟੀ ਉੱਥੋਂ ਤੁਹਾਡਾ ਗਿਆ ਅਤੇ ਮੈਂ ਵੀ ਆਪ ਵੀ ਖੁਦ ਗਿਆ ਮੌਕੇ 'ਤੇ ਉਹਨੇ ਚਿਰ ਨੂੰ ਸਾਰੇ ਭੱਜ ਗਏ ਸੀ ਅਤੇ ਜੇ ਉੱਥੇ ਵੀ
ਕੋਈ ਸਾਨੂੰ ਹਸਪਤਾਲ ਸਟਾਫ ਵੱਲੋਂ ਕੰਪਲੇਂਟ ਆਉਂਦੀ ਆ ਤਾਂ ਅਸੀਂ ਉੱਥੇ ਵੀ ਜ਼ਰੂਰ ਕਰਦੇ ਹਾਂ।